ਵੱਡੀ ਹੈ ਅਸੀਂ ਗਲਤੀ ਕਰ ਸਕਦੇ ਹਾਂ ਸਾਨੂੰ ਸਮਝਾ ਸਕਦੇ ਆ ਉਸ ਤੋਂ ਅਗਲੀ ਗੱਲ ਹੁਣ ਸਮਾਜ ਨਾਲ ਟੱਕਰ ਲੈਣ ਵਾਸਤੇ ਜਿੱਥੇ ਕਿਤੇ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਕਿਸੇ ਨਾਲ ਵਧੀਕੀ ਹੁੰਦੀ ਹੈ ਉਹਨਾਂ ਚੀਜ਼ਾਂ ਨੂੰ ਸਾਡੇ ਰਾਮ ਮੂਰਤੀ ਜੀ ਨੇ ਇਹਨਾਂ ਨੇ ਜਾਂ ਇਸ ਏਰੀਏ ਦੇ ਵਿੱਚ ਚਾਰ ਪੰਜ ਘਟਨਾਵਾਂ ਇੱਦਾਂ ਦੀਆਂ ਹੁੰਦੀਆਂ ਜਿੱਥੇ ਅਸੀਂ ਆ ਕੇ ਡਟ ਕੇ ਉਸ ਚੀਜ਼ ਨੂੰ ਠੱਲ ਪਾਈ ਸੀ ਸਮਾਜ ਦੇ ਵਿੱਚ ਕੁਛ ਵਰਗ ਇਹੋ ਜਿਹੇ ਆ ਜਿਹੜੇ ਸਾਨੂੰ ਉੱਪਰ ਉੱਠਦਾ ਹੋਇਆ ਨਹੀਂ ਦੇਖਣਾ ਚਾਹੁੰਦੇ ਜਿਹੜੇ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ 3000 ਸਾਲ ਤੋਂ ਇਹ ਸਾਡੇ ਰੂਹਾਂ ਦੇ ਵਿੱਚ ਬਹਿੰਦੇ ਰਹੇ ਆ ਸਾਡੇ ਪੁਰਖੇ ਇਹਨਾਂ ਦੀਆਂ ਮਿਹਨਤਾਂ ਕਰਦੇ ਰਹੇ ਇੱਕ ਜੂਠੀ ਰੋਟੀ ਦੇ ਉੱਤੇ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ ਪੜ੍ਹਨ ਦਾ ਉਹਨਾਂ ਨੂੰ ਹੱਕ ਨਹੀਂ ਸੀਗਾ ਧਾਰਮਿਕ ਸਥਾਨ ਤੇ ਜਾਣ ਦਾ ਉਹਨਾਂ ਨੂੰ ਹੱਕ ਨਹੀਂ ਸੀਗਾ ਜੇਕਰ ਤੁਸੀਂ ਆਪਣਾ ਇਤਿਹਾਸ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਤਲਾਅ ਤੋਂ ਕਿਸੇ ਦਰਿਆ ਤੋਂ ਜਲ ਸਰੋਤ ਤੋਂ ਕੁੱਤੇ ਬਿੱਲੀ ਨੂੰ ਤੇ ਪਾਣੀ ਪੀਣ ਦਾ ਹੱਕ ਸੀ ਪਰ ਸਾਡੇ ਪੁਰਖਿਆਂ ਨੂੰ ਨਹੀਂ ਸੀਗਾ ਸਾਡੇ ਪੁਰਖਿਆਂ ਨੂੰ ਨਹੀਂ ਸੀਗਾ ਕੀ ਸਾਡੇ ਪੁਰਖਿਆਂ ਨੇ ਰੱਬ ਨਹੀਂ ਧਿਆਇਆ ਹੋਊਗਾ ਸਾਡੇ ਪੁਰਖਿਆਂ ਨੇ ਆਪਣੇ ਆਪ ਦੇ ਵਿੱਚ ਕੀ ਰੱਬ ਨੂੰ ਧਿਆਇਆ ਨਾ ਹੋਊਗਾ ਵੀ ਸਾਨੂੰ ਇਸ ਨਰਕ ਚੋਂ ਕੱਢ 3000 ਸਾਲ 'ਚ ਨਹੀਂ ਕੱਢ ਸਕੇ ਜਦੋਂ ਤੋਂ ਭਗਤੀ ਲਹਿਰ ਚੱਲੀ ਸਤਿਗੁਰ ਰਵਿਦਾਸ ਜੀ ਦਾ ਆਗਮਨ ਹੋਇਆ ਸਤਿਗੁਰ ਕਬੀਰ ਜੀ ਦਾ ਹੋਇਆ ਸਤਿਗੁਰ ਨਾਨਕ ਜੀ ਦਾ ਹੋਇਆ ਸਤਿਗੁਰ ਨਾਮਦੇਵ ਜੀ ਦਾ ਹੋਇਆ ਤ੍ਰਿਲੋਚਨ ਜੀ ਦਾ ਹੋਇਆ ਸਾਡੇ ਮਹਾਨ ਰਹਿਬਰ ਨਾਭਾ ਦਾਸ ਜੀ ਦਾ ਹੋਇਆ ਇਹਨਾਂ ਨੇ ਆ ਕੇ ਜਦੋਂ ਸਾਡੇ ਸਮਾਜ ਨੂੰ ਏਕਤਾ ਦੇ ਸੂਤਰ 'ਚ ਪਰੋਣਾ ਸ਼ੁਰੂ ਕੀਤਾ ਸਾਨੂੰ ਔਰ ਦੁਨੀਆ ਨੂੰ ਇਹ ਦੱਸਣਾ ਸ਼ੁਰੂ ਕੀਤਾ ਮਾਨਵ ਮਾਨਵ ਇੱਕ ਸਮਾਨ ਹੈ ਇਹ ਬੁੱਧੀਜ਼ਮ ਦਾ ਕਨਸੈਪਟ ਚੱਲਿਆ ਹੁੰਦਾ ਸੀਗਾ ਉਸ ਕਨਸੈਪਟ ਨੂੰ ਇਹਨਾਂ ਨੇ ਪੂਰੇ ਭਾਰਤ ਦੇ ਵਿੱਚ ਫੈਲਾਇਆ ਔਰ ਸਾਨੂੰ ਇਹ ਅਹਿਸਾਸ ਕਰਾਇਆ ਕਿ ਅਸੀਂ ਦੂਜੇ ਕਿਸੇ ਇਨਸਾਨ ਨਾਲੋਂ ਨੀਵੇਂ ਨਹੀਂ ਹਾਂ ਉਸ ਤੋਂ ਬਾਅਦ 1827 ਦੇ ਵਿੱਚ ਜਦੋਂ ਮਹਾਤਮਾ ਜੋਤੀਰਾਵ ਫੂਲੇ ਜੀ ਇਸ ਭਾਰਤ ਦੇ ਵਿੱਚ ਜਨਮ ਲਿਆ ਉਹਨਾਂ ਨੇ ਮਾਤਾ ਸਵਿਤਰੀ ਬਾਈ ਫੂਲੇ ਨੇ ਸ਼ਾਹੂ ਜੀ ਮਹਾਰਾਜ ਨੇ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਉਹਨਾਂ ਦੀ ਵਿਰਾਸਤ ਨੂੰ ਸੰਭਾਲਿਆ ਔਰ ਪੂਰੇ ਜ਼ੋਰ ਸ਼ੋਰ ਦੇ ਨਾਲ ਭਾਰਤ ਦੇ ਜੋ ਮਨੁਵਾਦੀ ਲੋਕ ਸੀਗੇ ਜਿਹੜੇ ਕਦੇ ਨਹੀਂ ਸੀ ਚਾਹੁੰਦੇ ਕਿ ਅਸੀਂ ਉੱਠ ਸਕੀਏ ਵੋਟ ਪਾ ਸਕੀਏ ਇਸ ਤਰ੍ਹਾਂ ਦੇ ਪੱਕੇ ਮਕਾਨਾਂ 'ਚ ਰਹਿ ਸਕੀਏ ਸਾਡੇ ਬੱਚੇ ਪੜ੍ਹ ਸਕਣ ਸਾਡੀਆਂ ਔਰਤਾਂ ਪੜ੍ਹ ਸਕਣ ਸਾਡੀਆਂ ਔਰਤਾਂ ਵੋਟ ਪਾ ਸਕਣ ਅਸੀਂ ਸਰਕਾਰਾਂ ਦੇ ਵਿੱਚ ਆ ਸਕੀਏ ਇਹ ਚੀਜ਼ਾਂ ਦੇ ਵਾਸਤੇ ਤੁਸੀਂ ਸੋਚੋ ਕਿੰਨਾ ਲੜਿਆ ਹੋਏਗਾ ਉਹ ਆਦਮੀ